ਪਾਪਾ ਨਿੰਦਰਾਂ ਨੂੰ ਗੱਡੀ ਚੜ੍ਹਨ ਵਾਲੇ ਉਹਨੇ ਇਹਦੀ ਇੰਟਰਵਿਊ ਕਰਨੀ ਸੀ ਅਤੇ ਰਵਾ ਰਵ ਦਫ਼ਤਰ ਵਾਲਾ ਪਾਪਾ ਨਿੰਦਰਾਂ ਨੂੰ ਗੱਡੀ ਚੜ੍ਹਨ ਵਾਲੇ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ 31 ਅਕਤੂਬਰ 1984 ਸਵੇਰ ਨੂੰ ਸਿੰਘ ਪੂਰੀ ਤਿਆਰੀ ਦੇ ਵਿੱਚ ਸੀ। ਭਾਈ ਸਤਵੰਤ ਸਿੰਘ ਦੀ ਡਿਊਟੀ ਪਰੇ ਹੋਣ ਲੱਗਣ ਕਾਰਨ ਉਹਨਾਂ ਨੇ ਸੰਤਰੀ ਨਾਲ ਗੱਲ ਕੀਤੀ। ਉਹਨਾਂ ਨੇ ਪੇਟ ਖਰਾਬ ਹੋਣ ਦਾ ਬਹਾਨਾ ਮਾਰ ਕੇ ਅਤੇ ਆਪਣੀ ਡਿਊਟੀ ਬਦਲ ਕੇ ਸਹੀ ਟਿਕਾਣੇ 'ਤੇ ਲਾ ਕੇ ਅਤੇ ਤਿਆਰੀ 'ਚ ਪੂਰੀ ਡਟ ਗਏ। ਹੁਣ ਠੀਕ 9 ਵਜੇ ਇੰਦਰਾ ਗਾਂਧੀ ਆਪਣੀ ਰਿਹਾਇਸ਼ ਤੋਂ ਦਫ਼ਤਰ ਵੱਲ ਨੂੰ ਨਿਕਲਦੀ ਹੈ। ਪੀਟਰ ਉਸਦੀ ਨਾਓ ਨੇ ਇਹਦੀ ਇੰਟਰਵਿਊ ਕਰਨੀ ਸੀ ਅਤੇ ਰਵਾ ਰਵ ਦਫ਼ਤਰ ਵੱਲ ਨੂੰ ਵੱਧ ਰਹੀ ਸੀ ਜਿੱਥੇ ਇਹਦਾ ਕੈਮਰੇ ਵਾਲੇ ਇੰਤਜ਼ਾਰ ਕਰ ਰਹੇ ਸੀ। ਉਹ ਹੀ ਫਟਾਕ ਦਿੱਤੀ ਕੋਲ ਪਹੁੰਚੀ। ਭਾਈ ਬੇਅੰਤ ਸਿੰਘ ਜੀ ਨੇ ਸਰਵਿਸ ਰਿਵੋਲਵਰ ਦਾ ਫਾਇਰ ਸਿੱਧਾ ਇੰਦਰਾ ਦੇ ਉੱਤੇ ਖੋਲ੍ਹ ਦਿੱਤਾ। ਰਹਿੰਦੀ ਕਸਰ ਭਾਈ ਸਤਵੰਤ ਸਿੰਘ ਜੀ ਨੇ ਆਪਣੀ ਕਾਰਵਾਈ ਨਾਲ ਪੂਰੀ ਕਰ ਦਿੱਤੀ ਅਤੇ ਹਿੰਦ ਦੀ ਵੱਡੀ ਭਾਜੀ ਮੋੜ ਦਿੱਤੀ। ਇਉਂ ਸਿੰਘਾਂ ਨੇ ਪਾਪਨ ਇੰਦਰਾ ਨੂੰ ਉਸਦੀ ਕਰਤੂਤ ਦੀ ਸਜ਼ਾ ਸੁਣਾ ਕੇ ਪੁਰਾਤਨ ਇਤਿਹਾਸ ਨੂੰ ਦੁਹਰਾ ਦਿੱਤਾ। ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਦੋਵਾਂ ਨੇ ਹਥਿਆਰ ਛੱਡ ਦਿੱਤੇ ਅਤੇ ਠਰਮੇ ਨਾਲ ਕਿਹਾ, ਅਸੀਂ ਜੋ ਕਰਨਾ ਸੀ ਕਰ ਲਿਆ, ਹੁਣ ਤੁਸੀਂ ਜੋ ਕਰਨਾ ਕਰ ਲਓ। ਗਾਰਡਾਂ ਨੇ ਦੋਵਾਂ ਨੂੰ ਫੜ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਭਾਈ ਸਤਵੰਤ ਸਿੰਘ ਭੜਕ ਪਏ। ਇਉਂ ਹੀ ਪੁਲਿਸੀਆਂ ਨਾਲ ਹੱਥੋਂ ਪਾਈ ਹੋਏ ਤਾਂ ਪੁਲਿਸੀਆਂ ਨੇ ਸਿੱਧਾ ਫਾਇਰ ਭਾਈ ਸਤਵੰਤ ਸਿੰਘ ਦੇ ਉੱਪਰ ਖੋਲ੍ਹ ਦਿੱਤਾ। ਭਾਈ ਬੇਅੰਤ ਸਿੰਘ ਇੱਕਦਮ ਭਾਈ ਸਤਵੰਤ ਸਿੰਘ ਦੇ ਉੱਪਰ ਲੇਟ ਗਏ ਅਤੇ ਗੋਲੀਆਂ ਨੇ ਭਾਈ ਬੇਅੰਤ ਸਿੰਘ ਜੀ ਦਾ ਸਰੀਰ ਇੱਕਦਮ ਛੱਲੀ ਕਰ ਦਿੱਤਾ। ਭਾਈ ਸਤਵੰਤ ਸਿੰਘ ਜੀ ਜ਼ਖਮੀ ਹੋ ਗਏ। ਭਾਈ ਬੇਅੰਤ ਸਿੰਘ ਜੀ ਸ਼ਹੀਦ ਹੋ ਗਏ। 12 ਗੋਲੀਆਂ ਲੱਗਣ ਦੇ ਬਾਵਜੂਦ ਵੀ ਭਾਈ ਸਤਵੰਤ ਸਿੰਘ ਜੀ ਬਚ ਗਏ। ਰੇਚਰ ਦੇ ਪਏ ਭਾਈ ਸਤਵੰਤ ਸਿੰਘ ਜੀ ਨੇ ਪੰਜਾਬੀ ਵਿੱਚ ਗਰਜ ਕੇ ਕਿਹਾ, ਮੈਂ ਸ਼ੇਰਾਂ ਵਾਲਾ ਕੰਮ ਕਰ ਦਿੱਤਾ, ਮੈਂ ਉਸ ਨੂੰ ਮਾਰ ਦਿੱਤਾ। ਭਾਈ ਸਤਵੰਤ ਸਿੰਘ ਜੀ ਨੂੰ ਲਾਲ ਕਿਲ੍ਹੇ ਵਾਲੇ ਬੁੱਚੜਖਾਨੇ ਲਿਜਾ ਕੇ ਭਿਆਨਕ ਤਸੀਹੇ ਦਿੱਤੇ ਗਏ। ਹਕੂਮਤ ਇਹ ਸੋਚਦੀ ਸੀ ਕਿ ਇਹ ਕੰਮ ਇਹਨਾਂ ਨੇ ਪੈਸੇ ਲਈ ਕੀਤਾ। ਬ੍ਰਹਮਾਵਾਦੀ ਦਿਮਾਗ ਕੀ ਜਾਣੇ, ਅਣਖ ਵੀ ਕੋਈ ਚੀਜ਼ ਹੁੰਦੀ ਆ। ਹਕੂਮਤ ਇੰਦਰਾ ਦੇ ਕਤਲ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਫਾਹ ਲਗਾਉਣਾ ਚਾਹੁੰਦੀ ਸੀ, ਪਰ ਭਾਈ ਸਤਵੰਤ ਸਿੰਘ ਜੀ ਨੇ ਕਿਹਾ ਵੀ ਇਹ ਕੰਮ ਅਸੀਂ ਆਪ ਹੀ ਕੀਤਾ ਹੈ। ਅਤੇ ਆਹ ਹੀ ਸ਼ਹੀਦੀ ਭਾਈ ਸਤਵੰਤ ਸਿੰਘ ਜੀ ਦੇ, ਭਾਈ ਬੇਅੰਤ ਸਿੰਘ ਜੀ ਦੀ। ਕੋਟ ਕੋਟ ਪ੍ਰਣਾਮ ਇਹਨਾਂ ਨੂੰ ਜੋ ਇਹਨਾਂ ਨੇ ਪੁਰਾਤਨ ਸਮੇਂ ਨੂੰ ਦੁਹਰਾਇਆ।